ਖਾਲਸਾ ਫਤਿਹ ਜੀ ਸਾਧ ਸੰਗਤ ਜੀ ਅੱਜ ਆਪਾਂ ਪਹੁੰਚੇ ਹਾਂ ਜੀ ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਾਨਕਾ ਪਿੰਡ ਜੀ ਅਤੇ ਇਸ ਸਥਾਨ ਦਾ ਜੀ ਸਭ ਨੂੰ ਵੈਸੇ ਨਹੀਂ ਪਤਾ ਹੋਣਾ ਜੀ ਇਹ ਦਸਵੇਂ ਪਾਤਸ਼ਾਹੀ ਨਾਨਕਾ ਪਿੰਡ ਹੈ ਜੀ ਮਾਤਾ ਗੁਜਰੀ ਜੀ ਦਾ ਪੇਕਾ ਪਿੰਡ ਹੈ ਜੀ ਜਿਸ ਨੂੰ ਗੁਰਦੁਆਰਾ ਸ਼੍ਰੀ ਲਖਨੌਰ ਸਾਹਿਬ ਕਹਿ ਕੇ ਜਾਣਿਆ ਜਾਂਦਾ ਹੈ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਛੋਟੀ ਉਮਰੇ ਵਿੱਚ ਹੀ ਇੱਥੇ ਆਏ ਸਨ ਅਤੇ ਕੁਛ ਸਮਾਂ ਰਹੇ ਸਨ ਇੱਥੇ ਆ ਕੇ ਖੇਡਦੇ ਹਨ ਅਤੇ ਇੱਥੇ ਖੇਡਦੇ ਹੋਏ ਭਾਨੂਖੇੜੀ ਗੁਰਦੁਆਰਾ ਹੈ ਉੱਥੇ ਗਏ ਸਨ ਉੱਥੇ ਰਾਕਸ਼ ਦਾ ਉਧਾਰ ਕੀਤਾ ਸੀ ਉਹਨਾਂ ਅਤੇ ਇਸ ਸਥਾਨ 'ਤੇ ਉਹਨਾਂ ਦੀਆਂ ਕੁਝ ਪੁਰਾਣੀਆਂ ਨਿਸ਼ਾਨੀਆਂ ਜੋ ਅੱਜ ਵੀ ਮੌਜੂਦ ਹਨ ਉਹਨਾਂ ਦਾ ਪਲੰਗ ਸਾਹਿਬ ਅਤੇ ਉਹਨਾਂ ਦੇ ਕੁਝ ਸ਼ਸਤਰ ਹਨ ਉਹ ਵੀ ਮੌਜੂਦ ਹਨ ਉਹ ਵੀ ਤੁਹਾਨੂੰ ਉਹਨਾਂ ਦੇ ਦਰਸ਼ਨ ਕਰਾਵੇ ਜਾਣਗੇ ਜਿਨ੍ਹਾਂ ਨੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣਾ ਚੈਨਲ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈੱਲ ਵਾਲੇ ਆਈਕਨ 'ਤੇ ਜ਼ਰੂਰ ਟਿੱਕ ਕਰਨ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਆਪਣੀ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅਤੇ ਆਪਣੇ ਵੀਡੀਓ ਨੂੰ ਲਾਈਕ ਕਰੋ ਅਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਹੋਰ ਵੀ ਇਸ ਸਥਾਨ ਦੇ ਦਰਸ਼ਨ ਕਰ ਸਕਣ ਇਹ ਸਾਧ ਸੰਗਤ ਜੀ ਦੀਵਾਨ ਹਾਲ ਦੀ ਬਿਲਡਿੰਗ ਹੈ ਜੀ ਜੋ ਕਿ ਤਿਆਰ ਹੋ ਰਹੀ ਹੈ ਅਜੇ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਤਿਆਰ ਕੀਤੀ ਜਾ ਰਹੀ ਹੈ ਇਹ ਲੰਗਰ ਹਾਲ ਦੀ ਬਿਲਡਿੰਗ ਹੈ ਜੀ ਜੋ ਕਿ ਤਿਆਰ ਹੋ ਰਹੀ ਹੈ ਫਿਲਹਾਲ ਲੰਗਰ ਹਾਲ ਦੀ ਸੇਵਾ ਇੱਥੇ ਚੱਲ ਰਹੀ ਹੈ ਜੋ ਵੀ ਸੰਗਤ ਆ ਰਹੀ ਹੈ ਹੁਣ ਤਾਂ ਇੱਥੇ ਲੰਗਰ ਛਕਾਇਆ ਜਾ ਰਿਹਾ ਕਿਉਂਕਿ ਨਵੀਂ ਬਿਲਡਿੰਗ ਤਿਆਰ ਹੋ ਰਹੀ ਹੈ ਵਾਹਿਗੁਰੂ ਜੀ ਪਿੱਛੇ ਉਹ ਸਥਾਨ ਹੈ ਜੀ ਜਿੱਥੇ ਆਪਣਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਲੰਗ ਅਤੇ ਉਹਨਾਂ ਦੇ ਸ਼ਸਤਰ ਜੋ ਕੁਝ ਹਨ ਪੁਰਾਣੇ ਉਹਨਾਂ ਦੇ ਟਾਈਮ ਦੇ ਉਹ ਇੱਥੇ ਰੱਖੇ ਹੋਏ ਹਨ ਤਾਂ ਚੱਲਦਿਆਂ ਤੁਹਾਨੂੰ ਅੰਦਰ ਦਰਸ਼ਨ ਕਰਾਉਣੇ ਇਹ ਸੱਚਖੰਡ ਹੈ ਇੱਥੇ ਅਤੇ ਨਾਲ ਹੀ
ਸ਼ਸਤਰ ਵੀ ਪਏ ਹਨ, ਪਲੰਘ ਵੀ ਹੈ। ਪਹਿਲਾਂ ਇਹ ਜਗ੍ਹਾ ਅੰਦਰ ਬਣਾਈ ਗਈ ਸੀ, ਅੰਦਰ ਜਗ੍ਹਾ ਘੱਟ ਹੋਣ ਕਰਕੇ ਉਹਨਾਂ ਨੇ ਆਪਣਾ ਬਾਹਰ ਹੁਣ ਇੱਥੇ ਇਸ ਸਥਾਨ 'ਤੇ ਥੋੜ੍ਹਾ ਵੱਡਾ ਕਮਰਾ ਬਣਾਇਆ ਹੈ ਜੀ। ਵਾਹਿਗੁਰੂ ਜੀ, ਇਹ ਸੱਚਖੰਡ ਸਟਾਰਟਿੰਗ ਵਿੱਚ ਹੀ ਸੱਚਖੰਡ ਬਣਾਇਆ ਹੋਇਆ। ਇਹ ਮਾਤਾ ਗੁਜਰੀ ਜੀ ਦੀਆਂ ਦੋ ਪ੍ਰਾਤਾਂ ਅਤੇ ਦਸਮ ਪਾਤਸ਼ਾਹ ਜੀ ਦੀ ਢਾਲ ਹੈ ਜੀ। ਇੱਥੇ ਇਹ ਪਹਿਲੀ ਪ੍ਰਾਤ ਮੌਜੂਦ ਹੈ ਜੀ, ਜੋ ਕਿ ਬਿਰਦ ਹੋਈ ਪਈ ਹੈ ਜੀ। ਇਹ ਦੂਜੀ ਪ੍ਰਾਤ ਹੈ ਜੀ। ਇਹ ਪੁਰਾਤਨ ਸਮੇਂ ਦੀਆਂ ਹੀ, ਉਸ ਟਾਈਮ ਦੀਆਂ ਹੀ ਜੋ ਹਨ ਇਸ ਟਾਈਮ ਮੌਜੂਦ ਹਨ ਇੱਥੇ। ਦਸਮ ਪਾਤਸ਼ਾਹ ਜੀ ਦਾ ਹਸਤ ਲਿਖਤ ਹੁਕਮਨਾਮਾ, ਇਹ ਪੁਰਾਤਨ ਟਾਈਮ ਦਾ ਹੀ ਹੁਕਮਨਾਮਾ ਹੈ, ਜੋ ਕਿ ਦਸਵੇਂ ਪਾਤਸ਼ਾਹ ਜੀ ਦਾ ਲਿਖਿਆ ਹੋਇਆ ਹੈ। ਅਤੇ ਇਸਨੂੰ ਇਸ ਤਰ੍ਹਾਂ ਵੱਡਾ ਕਰਕੇ ਇਸਨੂੰ ਉਤਾਰਿਆ ਗਿਆ ਹੈ ਤਾਂ ਕਿ ਚੰਗੀ ਤਰ੍ਹਾਂ ਸੰਗਤ ਇਸਨੂੰ ਪੜ੍ਹ ਸਕੇ। ਤੁਸੀਂ ਵੀ ਇਸਨੂੰ ਪੜ੍ਹ ਸਕਦੇ ਹੋ। ਇਹ ਦੋ ਪਾਵੇ ਅਤੇ ਦਸਮ ਪਾਤਸ਼ਾਹ ਜੀ ਦੇ ਦੋ ਤੀਰ, ਇੱਕ ਜਮਦਾਰ, ਇੱਕ ਕਟਾਰ, ਇਹ ਦੋ ਪੁਰਾਤਨ ਪਾਵੇ ਹਨ। ਕਿਸੇ ਕਾਰਨ ਵੰਸ਼ ਇਹਨਾਂ ਨੂੰ ਉਤਾਰ ਕੇ ਰੱਖਿਆ ਗਿਆ, ਇਹਨਾਂ ਦੀ ਜਗ੍ਹਾ ਨਵੇਂ ਪਾਏ ਗਏ ਨੇ। ਅਤੇ ਤੀਰ ਜਮਦਾਰ ਦਸਵੇਂ ਪਾਤਸ਼ਾਹ ਜੀ ਦੇ ਮੌਜੂਦ ਹਨ। ਇਹ ਸਾਹਮਣੇ ਕੰਨੀ ਨਾਮਾ ਲਿਖਿਆ ਹੋਇਆ ਜੀ। ਮਾਤਾ ਗੁਜਰੀ ਜੀ ਦਾ ਪਲੰਗ ਸਾਹਿਬ, ਇਹ ਮਾਤਾ ਗੁਜਰੀ ਜੀ ਦਾ ਪਲੰਗ ਹੈ, ਜੋ ਉਸ ਸਮੇਂ ਦਾ ਅੱਜ ਵੀ ਮੌਜੂਦ ਹੈ। ਇਹ ਅੰਦਰ ਰੱਖੇ ਹੋਏ ਹਨ, ਸ਼ੀਸ਼ੇ ਲੱਗੇ ਨੇ, ਬਾਹਰ ਅੰਦਰ ਜਾਣਾ ਨਹੀਂ, ਮਨਾ ਹੈ ਅੰਦਰ ਜਾਣਾ, ਜਾ ਨਹੀਂ ਸਕਦੇ ਅੰਦਰ। ਇਹ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਲੰਗ ਸਾਹਿਬ ਹੈ ਜੀ। ਇਹ ਤੁਸੀਂ ਦਰਸ਼ਨ ਕਰ ਰਹੇ ਹੋ। ਤੁਹਾਨੂੰ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਹੋਰ ਵੀ ਸੰਗਤਾਂ ਜੋ ਹਨ ਦਰਸ਼ਨ ਕਰ ਸਕਣ। ਚਲੋ, ਵਾਹਿਗੁਰੂ ਜੀ ਆਪਣੀ ਮਾਤਾ ਗੁਜਰ ਕੌਰ ਜੀ ਦੀ ਬੋਲੀ ਸਾਹਿਬ ਹੈ ਜੀ, ਪੁਰਾਤਨ ਹੈ ਜੀ। ਇੱਕ ਹੋਰ ਵੀ ਬੋਲੀ ਸਾਹਿਬ ਹੈ ਜੀ ਮਾਤਾ ਗੁਜਰੀ ਦੀ, ਉਹ ਥੋੜ੍ਹਾ ਸਾਈਡ 'ਤੇ ਹੈ ਜੀ। ਜਲ ਬਹੁਤ ਆਇਆ ਹੋਇਆ ਜੀ, ਉੱਪਰ ਤੱਕ ਆ ਗਿਆ ਜਲ, ਕਿਉਂਕਿ ਪਹਿਲਾਂ ਜਲ ਬਹੁਤ ਥੱਲੇ ਤੱਕ ਹੁੰਦਾ ਸੀ। ਅਤੇ ਤੁਸੀਂ ਵੇਖ ਸਕਦੇ ਹੋ ਥੱਲੇ ਪੌੜੀਆਂ ਜਾ ਰਹੀਆਂ। ਵੇਖ ਸਕਦੇ ਹੋ ਪੌੜੀਆਂ ਕਿੱਥੋਂ ਤੱਕ ਜਾ ਰਹੀਆਂ ਨੇ। ਇਹ ਸਿਰਫ ਮਾੜਾ ਜਿਹਾ ਹੀ ਹਿੱਸਾ ਦਿਸਦਾ ਪਿਆ। ਇਹ ਜਲ ਇਸ ਤਰ੍ਹਾਂ ਹੀ ਕਦੀ ਵੱਧ ਹੋ ਜਾਂਦਾ, ਕਦੀ ਘੱਟ ਹੋ ਜਾਂਦਾ ਜੀ। ਹੁਣ ਤਾਂ ਬਹੁਤ ਹੀ ਉੱਪਰ ਤੱਕ ਆਇਆ ਹੋਇਆ। ਬੋਲੀ ਸਾਹਿਬ ਨੂੰ ਜਾਣ ਵਾਲਾ ਰਸਤਾ ਹੈ ਜੀ, ਇਹ ਗੁਰਦੁਆਰਾ ਸਾਹਿਬ ਦੇ ਨਾਲ ਨਾਲ ਦੀ ਹੀ ਇਹ ਗਲੀ ਜਾਂਦੀ ਛੋਟੀ ਜੀ, ਇਹ ਸਿੱਧਾ ਬੋਲੀ ਸਾਹਿਬ ਨੂੰ ਜਾਂਦੀ ਹੈ ਜੀ।
ਜਿਹੜੀ ਪੁਰਾਤਨ ਖੂਹੀ ਹੈ ਜੀ ਮਾਤਾ ਗੁਜਰੀ ਜੀ ਦੀ, ਉਸੇ ਤਰ੍ਹਾਂ ਹੀ ਪੁਰਾਣੇ ਟਾਈਮ ਦੇ ਤੌਰ 'ਤੇ ਤਰ੍ਹਾਂ ਹੀ ਅੱਜ ਵੀ ਮੌਜੂਦ ਹੈ। ਜਲ ਬਹੁਤ ਨੀਵੀਂ ਤੱਕ ਹੈ। ਇਹ ਰੱਸੀ 'ਤੇ ਬਾਲਟੀ ਨਾਲ ਬੰਨ੍ਹੀ ਹੋਈ ਹੈ। ਇਸ ਨੂੰ ਥੱਲੇ ਕਰਕੇ ਹੀ ਬਾਲਟੀ ਦੇ ਨਾਲ ਹੀ ਜਲ ਜਿਹੜਾ ਉਹ ਕੱਢਿਆ ਜਾਂਦਾ ਹੈ ਅਤੇ ਸੰਗਤਾਂ ਇੱਥੇ ਆ ਕੇ ਜਲ ਛੱਕਦੀਆਂ ਨੇ। ਸੋ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ।